ਸਾਡੇ ਨਾਲ ਹੁਣ ਰਾਜਪੰਡਾਲ ਜੀ ਸ਼ਾਮਲ ਹੋ ਰਹੇ ਨੇ ਬੰਜਾਰਾ ਨੋਮੈਡ ਤੋਂ ਜਿਵੇਂ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਕੁਝ ਸਮੇਂ ਤੋਂ ਇਹ ਗੱਲਬਾਤ ਚੱਲਦੀ ਆ ਰਹੀ ਹੈ ਕਿ ਬੀਸੀ ਦੀ ਸਰਕਾਰ ਨੇ ਕੁਝ ਸਾਲ ਪਹਿਲਾਂ ਵਾਅਦਾ ਕੀਤਾ ਸੀ ਕਿ ਭਾਈਚਾਰੇ ਨੂੰ ਸਮਰਪਿਤ ਇੱਕ ਮਿਊਜ਼ੀਅਮ ਸਥਾਪਿਤ ਕੀਤਾ ਜਾਏਗਾ ਚਾਈਨੀਜ਼ ਭਾਈਚਾਰੇ ਨੂੰ ਸਮਰਪਿਤ ਇਸ ਤਰ੍ਹਾਂ ਦਾ ਮਿਊਜ਼ੀਅਮ ਆਲਰੇਡੀ ਬਣ ਚੁੱਕਾ ਹੋਇਆ ਪਰ ਇਸ ਮਿਊਜ਼ੀਅਮ ਨੂੰ ਕਿੱਥੇ ਬਣਾਇਆ ਜਾਣਾ ਉਸ ਮਿਊਜ਼ੀਅਮ ਦੇ ਵਿੱਚ ਕੀ ਕੁਝ ਇਨਕਲੂਡ ਕੀਤਾ ਜਾਣਾ ਤੇ ਇਹ ਕਿਵੇਂ ਸੁਨਿਸ਼ਚਿਤ ਕੀਤਾ ਜਾਏ ਕਿ ਜਿਹੜਾ ਦੇਖੋ ਹੁਣ ਭਾਈਚਾਰੇ ਦੇ ਲੋਕ ਜਿਹੜੇ ਇੱਥੇ ਰਹਿੰਦੇ ਨੇ ਜਿਹੜੇ ਸਾਊਥ ਏਸ਼ੀਅਨ ਕੰਟੀਨਿਊਸ ਉਸ ਖਿੱਤੇ ਤੋਂ ਆਏ ਹੋਏ ਨੇ ਉਸ ਖਿੱਤੇ ਤੋਂ ਆਏ ਹੋਏ ਲੋਕ ਸਿਰਫ ਕੈਨੇਡਾ 'ਚ ਨਹੀਂ ਰਹਿੰਦੇ ਐਜ਼ ਇਨ ਉਸ ਖਿੱਤੇ ਨਾਲ ਸੰਬੰਧਤ ਲੋਕ ਜਿਹੜੇ ਕਿ ਹੋ ਸਕਦਾ ਉਹਨਾਂ ਦੇ ਪੂਰਵਜ ਪਹਿਲਾਂ ਕਿਸੇ ਹੋਰ ਮੁਲਕ 'ਚ ਗਏ ਜਾਂ ਹੋ ਸਕਦਾ ਜਿਹੜਾ ਕੋਈ 100-150 ਸਾਲ ਪਹਿਲਾਂ ਕੈਨੇਡਾ ਆ ਗਿਆ ਉਸ ਵਿਅਕਤੀ ਨੇ ਉਹਦੀ ਚਮੜੀ ਦਾ ਰੰਗ ਜ਼ਰੂਰ ਉਸ ਥਾਂ ਤੋਂ ਆਏ ਲੋਕਾਂ ਵਰਗਾ ਹੋ ਸਕਦਾ ਪਰ ਖੁਦ ਉਹ ਕਦੇ ਉਸ ਏਰੀਆ ਦੇ ਵਿੱਚ ਗਿਆ ਤੱਕ ਨਹੀਂ ਉਸ ਦੀ ਆਪਣੀ ਆਈਡੈਂਟੀ ਕੁਝ ਹੋਰ ਹੈ ਹੁਣ ਉਸ ਆਈਡੈਂਟੀ ਨੂੰ ਲੈ ਕੇ ਸਵਾਲ ਪੈਦਾ ਹੋ ਗਏ ਸੀ ਵੀ ਇਸ ਮਿਊਜ਼ੀਅਮ ਨੂੰ ਕਿਵੇਂ ਅ ਇਹ ਇਹ ਨੋਮਨਕਲੇਚਰ ਕੀ ਹੋਏਗਾ ਤੇ ਉਹਦੇ ਬਾਰੇ ਜਿਹੜੀ ਪਬਲਿਕ ਕੰਸਲਟੇਸ਼ਨ ਸੀ ਹੁਣ ਸਰਕਾਰ ਨੇ ਕੱਲ ਇਹ ਅਨਾਉਂਸਮੈਂਟ ਕੀਤੀ ਆ ਕਿ ਜਿਹੜੀਆਂ ਵੱਖੋ-ਵੱਖਰੀਆਂ ਕੁਝ ਜਿਹੜੀਆਂ ਗਰੁੱਪਸ ਨੇ ਥਰੋਅਆਊਟ ਦਾ ਪ੍ਰੋਵਿੰਸ ਉਹ ਇਸ ਕੰਸਲਟੇਸ਼ਨ ਦੇ ਵਿੱਚ ਹਿੱਸਾ ਲੈ ਸਕਦੇ ਨੇ ਉਸ ਵਾਸਤੇ ਉਹਨਾਂ ਨੂੰ ਫੰਡਿੰਗ ਪ੍ਰਦਾਨ ਕੀਤੀ ਜਾਣੀ ਆ ਉਸੇ ਬਾਰੇ ਗੱਲ ਕਰਨ ਲਈ ਨਾ ਇਨਫੈਕਟ ਅੱਜ ਟੂਰਿਜ਼ਮ ਮਨਿਸਟਰ ਨੇ ਅਰਲੀਅਰ ਇਨ ਦਾ ਸ਼ੋ ਸ਼ਾਮਲ ਹੋਣਾ ਸੀ ਪਰ ਉਹ ਸ਼ਾਮਲ ਹੋ ਨਹੀਂ ਸਕੇ ਪਰ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਹੁਣ ਪੰਜਾਰਾ ਨੋ ਮੈਂਡ ਤੋਂ ਰਾਜਪੰਡਾਲ ਜੀ ਸ਼ਾਮਲ ਹੋ ਰਹੇ ਨੇ ਕਿ ਇਸ ਪੂਰੀ ਅਨਾਉਂਸਮੈਂਟ ਨੂੰ ਇਸ ਮਿਊਜ਼ੀਅਮ ਦੇ ਪ੍ਰੋਜੈਕਟ ਨੂੰ ਕਿਵੇਂ ਵੇਖਦੇ ਨੇ ਸਰਕਾਰ ਵੱਲੋਂ ਜਿਹੜੀ ਇੰਗੇਜਮੈਂਟ ਕਰਕੇ ਜਿਹੜੀ ਫੀਡਬੈਕ ਦੇ ਆਧਾਰ ਤੇ ਹੁਣ ਆਹ ਕੱਲ ਵਾਲੀ ਅਨਾਉਂਸਮੈਂਟ ਕੀਤੀ ਗਈ ਆ ਉਹਦੇ ਬਾਰੇ ਇਹਨਾਂ ਦਾ ਕੀ ਪ੍ਰਤੀਕਰਮ ਹੈ ਉਹ ਜਾਣਦੇ ਆ ਰਾਜਪੰਡਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਔਰ ਜਿਹੜੇ ਆਪਣੇ ਲਿਸਨਰ ਨੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੋ ਮਿਊਜ਼ੀਅਮ ਦਾ ਵਾਅਦਾ ਹੁਣ ਹੋਇਆ ਨੂੰ ਕੁਝ ਸਾਲ ਬੀਤ ਗਏ ਨੇ ਜੀ ਇਲੈਕਸ਼ਨ ਪ੍ਰੋਮਿਸ ਸੀਗਾ ਸਰ ਉਹ ਉਸ ਮਿਊਜ਼ੀਅਮ ਨੂੰ ਸਥਾਪਿਤ ਕਰਨ ਲਈ ਕਦਮ ਤੇ ਜੇ ਵਧਾਏ ਜਾ ਰਹੇ ਨੇ ਪਰ ਅਜੇ ਤੱਕ ਇਹ ਨਹੀਂ ਪਤਾ ਮਿਊਜ਼ੀਅਮ ਬਣਨਾ ਕਿੱਥੇ ਹੈ ਸਰੀਜ ਬਣੂਗੇ ਵੈਨਕੂਵਰ ਬਣੂਏ ਨਹੀਂ ਪਤਾ ਜੀ 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 ਪਹਿਲਾ ਤਾਂ ਇੱਕ ਗੱਲ ਦੀ ਅਸੀਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਜਿੱਦਾਂ ਮੈਂ ਕੱਲ ਵੀ ਇੱਥੇ ਗੱਲ ਕੀਤੀ ਸੀ ਕਿ ਸਵੇਰ ਇੱਕ ਅਨਾਉਂਸਮੈਂਟ ਸਾਨੂੰ ਲੱਗਦਾ ਹੈ ਕਿ ਆਵੇਗੀ ਜੀ ਜੀ ਸੋ ਇਹ ਜਿਹੜੀ ਅਸੀਂ ਉਡੀਕ ਕਰ ਰਹੇ ਸੀ ਔਰ ਉਹ ਇਹੀ ਅਨਾਉਂਸਮੈਂਟ ਹੈ ਜੀ ਲਾਈਨ ਅਪ ਹੋਪਮ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਸ਼ਾਇਦ ਥੋੜੇ ਅੱਜ ਫਲੂ ਜਾਂ ਕੁਛ ਸਿਹਤ ਦੀ ਤਬੀਤ ਨਾ ਸਾਧ ਹੈ ਉਹਨਾਂ ਦੀ ਪਰ ਉਹਨਾਂ ਨੇ ਵੀ ਆ ਕੇ ਇਹੀ ਕਹਿਣਾ ਸੀ ਜੋ ਇੱਥੇ ਇਸ ਪ੍ਰੈਸ ਰਿਲੀਜ਼ ਚ ਲਿਖਿਆ ਹੋਇਆ ਸੋ ਉਹਨਾਂ ਦੀ ਆਵਾਜ਼ ਤਾਂ ਚਲੋ ਜਿਹੜੀ ਸੁਣੀ ਆ ਸਾਨੂੰ ਨਹੀਂ ਸੁਣਨ ਨੂੰ ਮਿਲੀ ਅੱਜ ਪਰ ਆ ਰਿਲੀਫ ਇਨ ਵਨ ਉਹੀ ਆ ਜੋ ਉਹ ਕਹਿਣਾ ਚਾਹੁੰਦੇ ਸੀਗੇ ਸੋ ਇਹਦੇ ਚ ਸਾਰਿਆਂ ਤੋਂ ਜਿਹੜੀ ਇੱਕ ਹਾਈਲਾਈਟ ਵਾਲੀ ਗੱਲ ਹੈਗੀ ਕਰਨ ਵਾਲੀ ਇੱਕ ਉਹਨਾਂ ਨੂੰ ਕੰਪਲੀਮੈਂਟ ਬੀਸੀ ਮਿਨਿਸਟਰੀ ਨੂੰ ਕਰਨ ਵਾਲੀ ਆ ਸਪੈਸ਼ਲੀ ਟੈਕਸ ਨੂੰ ਦੈਟ ਇਜ਼ ਕਿ ਜਿਹੜੀ ਪਾਵਰ ਆ ਉਹ ਇੱਕ ਗ੍ਰਾਂਟ ਮਾਫੀਆ ਤੋਂ ਕੱਢ ਕੇ ਆਮ ਲੋਕਾਂ ਦੇ ਹੱਥ 'ਚ ਦੇ ਦਿੱਤੀ ਆ ਗ੍ਰਾਂਟ ਲੈਣਾ ਵੈਸੇ ਮਾੜੀ ਗੱਲ ਨਹੀਂ ਹੈਗੀ ਪਰ ਜਦੋਂ ਇਹ ਮਿਸਯੂਜ਼ ਹੁੰਦਾ ਨਾ ਫਿਰ ਬਹੁਤ ਦਰਦ ਹੁੰਦਾ ਕਿਉਂਕਿ ਉਹ ਥੋੜੀ ਵੀ ਟੈਕਸ ਫੇਅਰ ਮਨੀ ਆ ਤੇ ਮੇਰੀ ਵੀ ਟੈਕਸ ਫੇਅਰ ਮਨੀ ਆ ਔਰ ਉਹ ਕੱਲੇ ਉਹਨਾਂ ਦੀ ਟੈਕਸ ਫੇਅਰ ਮਨੀ ਨਹੀਂ ਹੈਗੀ ਜਿਹੜੇ ਉਸ ਖਿੱਤੇ 'ਚ ਆਏ ਆ ਜਿਹੜੇ ਨੌਨ ਉਸ ਖਿੱਤੇ ਦੇ ਲੋਕ ਨੇ ਉਹਨਾਂ ਦੀ ਵੀ ਟੈਕਸ ਫੇਅਰ ਮਨੀ ਆ ਸੋ ਆਪਾਂ ਥੋੜਾ ਜਿਹਾ ਖਿਆਲ ਰੱਖੀਏ ਸੋ ਇਹਦੇ ਵਿੱਚ ਦੇਖੋ ਤੁਸੀਂ ਆਮ ਜਿਹੜਾ ਇੰਟਰਸਟ ਰੱਖੇਗਾ ਉਹ ਜਦੋਂ ਇਹਦੀ ਕੰਸਲਟੇਸ਼ਨ ਕਰੇਗਾ ਵੀ ਉਹਦੀ ਡੀਟੇਲ ਆਏਗੀ ਹੱਲੇ ਜੀ ਤੇ ਉਹਨਾਂ ਨੂੰ ਅਪ ਟੂ 5000 ਮਿਲੇਗਾ 5000 ਡਾਲਰ ਦੀ ਗੱਲ ਹੈ ਹਾਂ ਜੀ ਸੋ ਮੈਂ 5 ਲੱਖ ਨੂੰ ਜੇ 5000 900 ਕੰਸਲਟੇਸ਼ਨ ਹੋਣਗੀਆਂ ਸੋ 100 ਵੱਖ-ਵੱਖਰੇ ਗਰੁੱਪਸ ਨੇ ਜਿਹੜੇ ਜਦੋਂ ਅਸੀਂ ਉਸ ਖੇਤੇ ਦੀ ਗੱਲ ਕਰਦੇ ਹਾਂ ਜੀ ਉਹ ਕੋਈ ਇਦਾਂ ਨਹੀਂ ਵੀ ਛੋਟਾ ਜਿਹਾ ਇਲਾਕਾ ਹੈ ਉਹਦੇ ਵਿੱਚ ਕਿੰਨੇ ਹੀ ਮੁਲਕ ਸ਼ਾਮਲ ਨੇ ਆਪਾਂ ਕਈ ਵਾਰੀ ਸਾਊਥ ਏਸ਼ੀਆ ਦੀ ਜਦੋਂ ਗੱਲ ਕਰਦੇ ਹਾਂ ਇੰਡੀਆ ਪਾਕਿਸਤਾਨ ਤੇ ਸ਼੍ਰੀਲੰਕਾ ਸੋਚ ਕੇ ਬੰਦਾ ਉੱਥੇ ਹੀ ਰੁਕ ਜਾਂਦਾ ਵੱਧ ਤੋਂ ਵੱਧ ਨੇਪਾਲ ਸੋਚ ਲੈਂਦੇ ਪਰ ਮਾਲਦੀਵਸ ਹੋਰ ਕਿੰਨੇ ਮੁਲਕ ਨੇ ਜਿਹੜੇ ਕਿ ਉਸ ਖਿੱਤੇ ਦਾ ਹਿੱਸਾ ਨੇ ਜਿਨ੍ਹਾਂ ਨੂੰ ਇਸ ਮਿਊਜ਼ੀਅਮ ਦੇ ਵਿੱਚ ਥਾਂ ਮਿਲਣੀ ਆ ਜੀ 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 ਪਰ ਸੌਰੀ ਮੈਂ ਲੱਗਦਾ ਮੈਂ ਟੋਕ ਦਿੱਤਾ ਤੁਹਾਨੂੰ ਜੀ ਕੋਈ ਨਹੀਂ ਜਿਹੜੀ ਕੱਲ ਦੀ ਮੈਂ ਪੇਪਰ ਅੱਗੇ ਰੱਖੇ ਹੋਏ ਨੇ ਜਿਹੜੇ ਪ੍ਰੈਸ ਰਿਲੀਜ਼ ਹੈ ਨਾ ਮੈਂ ਉੱਥੋਂ ਥੋੜਾ ਦੇਖ ਰਿਹਾ ਕਿ ਇੱਕ ਸ਼ਬਦ ਯੂਜ਼ ਕੀਤਾ ਐਂਡ ਫਰਦਰ ਜੀ ਸੋ ਉਹ ਚ ਸਾਰਾ ਹੀ ਇਨਕੈਪਸੂਲੇਟ ਹੋ ਜਾਂਦਾ ਜੀ ਫਿਰ ਤਾਂ ਮੇਰੇ ਖਿਆਲ ਇਹਨੂੰ ਗਲੋਬਲ ਸਿਟੀਜ਼ਨ ਹੀ ਸੱਦ ਲੋ ਹਨ ਨਹੀਂ ਫਰਦਰ ਮੈਨੂੰ ਪਤਾ ਨਹੀਂ ਉਹ ਕਿੱਥੇ ਤੱਕ ਜਾਂਦਾ ਪਰ ਗੀਨ ਜਿਹੜਾ ਇਨੀਸ਼ੀਏਟਿਵ ਆ ਇਹ ਉਹਨਾਂ ਵੱਲੋਂ ਜੋ ਜੋ ਇਹ ਆਮ ਬੰਦੇ ਦੇ ਹੱਥ ਚ ਪਾਵਰ ਫੜਾਈ ਗਈ ਹੈ ਸਾਡਾ ਪਿਛਲੇ ਸਾਲ ਤੋਂ ਇਹੀ ਜ਼ੋਰ ਲੱਗਾ ਹੋਇਆ ਸੀ ਕਿ ਜਿਹੜਾ ਆਮ ਬੰਦਾ ਆ ਤੁਸੀਂ ਪਾਵਰ ਉਹਨਾਂ ਨੂੰ ਦਵੋ ਉਹਨਾਂ ਜਿੱਦਾਂ ਵੋਟਾਂ ਚ ਜਦੋਂ ਇਹ ਸੀ ਆਮ ਬੰਦੇ ਤੋਂ ਸਲਾਹ ਲੈ ਸਕਦੇ ਆ ਆਮ ਤੋਂ ਮੇਰਾ ਮਤਲਬ ਇਹ ਨਹੀਂ ਵੀ ਆਮ ਐਜ਼ ਇਨ ਜਿਹਨੂੰ ਨੌਲੇਜ ਨਹੀਂ ਜਿਦਾ ਮੈਂ ਆਮ ਬੰਦਾ ਤੁਸੀਂ ਆਮ ਬੰਦੇ ਹੋ ਜੀ ਸੋ ਇਹ ਇਹ ਅਸੀਂ ਫਿਰ ਦੁਬਾਰਾ ਮੇਰੇ ਖਾ ਮੈਂ ਰਿਪੀਟ ਕਰ ਰਹੇ ਆ ਆਪਣੇ ਆਪ ਨੂੰ ਇਹ ਆਪਾਂ ਨੂੰ ਕੰਪਲੀਮੈਂਟ ਉਹਨਾਂ ਨੂੰ ਕਰਨਾ ਬਣਦਾ ਹੈ ਜੀ 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 ਬਿਲਕੁਲ ਔਰ ਇਹਦੇ ਨਾਲ ਹੀ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਸਾਊਥ ਏਸ਼ੀਅਨ ਜਿਹੜਾ ਲਫ਼ਜ਼ ਹੈ ਉਹਦੇ ਤੇ ਸਾਡੀ ਓਨੀ ਹੀ ਮੁਖਾਲਫਤ ਹੈ ਜਿੰਨੀ ਕੱਲ ਸੀਗੀ ਜਾਂ ਕੱਲ ਤੋਂ ਪਹਿਲਾਂ ਸੀਗੀ ਜਿੱਦਾਂ ਮੈਂ ਤੁਹਾਨੂੰ ਆਪਣੀ ਪਹਿਲਾਂ ਗੱਲ ਹੋ ਚੁੱਕੀ ਆ ਕਿ ਰੈਸਿਸ ਰਿਡਕਟਿਵ ਐਂਡ ਰਿਪਰੈਸਿਵ ਟਰਮ ਇਹ ਸ਼ਬਦ ਸਾਨੂੰ ਗਾਲ ਵਰਗਾ ਲੱਗਦਾ ਹੈ ਉਹਦੇ ਤੇ ਕੋਈ ਅਸੀਂ 1 ਇੰਚ ਵੀ ਇੱਧਰ ਉੱਧਰ ਨਹੀਂ ਹੋਵਾਂਗੇ ਇਹ ਸਾਰੀਆਂ ਅਨਾਉਂਸਮੈਂਟ ਦੇ ਵਿੱਚ ਕਿਤੇ ਉਹ ਜੇ ਕੈਨੇਡੀਅਨਸ ਆਫ ਸਾਊਥ ਈਸਟ ਇਨਹਰਿਟੇਜਸ ਮਿਊਜ਼ੀਅਮ ਬਣਾਉਂਦੇ ਨੇ ਪਰ ਜਿਹੜੀ ਉਹਨਾਂ ਦੀ ਐਡਵਾਈਜ਼ਰੀ ਹੈ ਉਹਦੇ ਚ ਇਹ ਲਿਖਿਆ ਹੋਇਆ ਦ ਮਿਨਿਸਟਰੀਅਲ ਐਡਵਾਈਜ਼ਰੀ ਕੰਸਿਸਟ ਆਫ ਅਪੋਇੰਟਡ ਮੈਂਬਰਸ ਆਫ who identify as south asian ji so main nahi karda apne aap nu as a south asian identify aur jinna nu 400 sade ko video aayi ha oh bhi nahi apne aap nu karde so thodi ji mere khayal inna de na eh shayad jehdi direction of federal government to aani chahidi hai ke federal government indi sanu legal definition dewe aur kyon sanu ban ke rakhna chahundi hai jadon ede vich ik ishara kar kita janda na this is the first of kind eda kuch to create a first of its kind culture space ਉਦੇ ਵਿੱਚ ਇਹ ਨਾ ਇਸ਼ਾਰਾ ਕੀਤਾ ਜਾਵੇ ਕਿ ਇਹ ਸੀ ਇਹ ਜਿਹੜਾ ਸਾਊਥ ਏਸ਼ੀਅਨ ਆ ਕਿ ਇਹ ਸੀ ਜੀ ਫਰਸਟ ਆਫ ਕਾਈਂਡ ਆ ਇਹ ਫਿਰ ਜਾਂ ਤੁਸੀਂ ਸਾਨੂੰ ਟਾਈਮ ਲਾਈਨ ਦਵੋ ਵੀ ਈਸਟ ਯੂਰੋਪੀਅਨ ਵੈਸਟ ਯੂਰੋਪੀਅਨ ਈਸਟ ਆਫਰੀਕਨ ਵੈਸਟ ਆਫਰੀਕਨ ਉਹ ਕਦੋਂ ਆ ਰਹੇ ਨੇ ਟਰਮਾਂ ਜੀ 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 ਕੈਨੇਡੀਅਨ ਲੈਂਡਸਕੇਪ ਚ ਜੀ ਜੀ ਪਰ ਇਹਦੇ ਵਿੱਚ ਇਹ ਜ਼ਰੂਰ ਹੈ ਕਿ ਹੁਣ ਜਿਹੜਾ ਕੈਨੇਡੀਅਨਸ ਆਫ ਥੈਟ ਹੈਰੀਟੇਜ ਸੋ ਜਿਹੜਾ ਉਹ ਇਨਕਲੂਜ਼ਨ ਹੈਗੀ ਆ ਉਹ ਉਹ ਤਾਂ ਇਨਕਲੂਸਿਵ ਲੱਗਦਾ ਹੀ ਹੈ ਜੀ ਕਿ ਨਹੀਂ ਲੱਗਦਾ ਕਿਉਂਕਿ ਜਿਹੜਾ ਕੋਈ ਵਿਅਕਤੀ ਮੰਨ ਲਓ ਜਨਮ ਉਹ ਇੰਗਲੈਂਡ ਚ ਹੋਇਆ ਹੋ ਸਕਦਾ ਹੋ ਸਕਦਾ ਉਹ ਫਿਰ ਸਾਊਥ ਅਫਰੀਕਾ ਚ ਰਹਿੰਦਾ ਹੁਣ ਕੈਨੇਡਾ ਚ ਰਹਿੰਦਾ ਹੋਵੇ ਉਹਦੇ ਦਾਦੇ ਪਰਦਾਦੇ ਜਾਂ ਹੋਰ ਜਿਹੜੇ ਪੂਰਵਜ ਸੀਗੇ ਉਹ ਭਾਰਤ ਤੋਂ ਜਾਂ ਪਾਕਿਸਤਾਨ ਤੋਂ ਆਏ ਸਨ ਖੁਦ ਉਹ ਵਿਅਕਤੀ ਉੱਥੇ ਕਦੇ ਗਿਆ ਨਹੀਂ ਸੋ ਹੁਣ ਉਹ ਭਾਵੇਂ ਸਾਊਥ ਏਸ਼ੀਅਨ ਨਹੀਂ ਹੈ ਉਹ ਕੈਨੇਡੀਅਨ ਹੈ ਜਾਂ ਉਹ ਬ੍ਰਿਟਿਸ਼ ਹੈ ਜਾਂ ਉਹ ਮੇਬੀ ਜਨਮ ਜੁਦਾ ਸਾਊਥ ਅਫਰੀਕਾ ਚ ਹੋਇਆ ਜਾਂ ਆਸਟ੍ਰੇਲੀਆ ਚ ਹੋਇਆ ਉਸ ਖਿੱਤੇ ਨਾਲ ਸੰਬੰਧਤ ਆ ਪਰ ਜਿਹੜੀ ਕੋ ਫੈਮਿਲੀ ਲਿਨੀਜ ਹੈ ਜਿਹੜੀ ਉਹ ਹੈਰੀਟੇਜ ਹੈ ਹੈਰੀਟੇਜ ਤਾਂ ਉਸ ਨਾਲ ਆਇਡੈਂਟੀਫਾਈ ਕਰ ਸਕਦਾ ਨਾ ਉਹ ਤੋ ਇਹਦੇ ਚ ਵੈਸੇ ਤਾਂ ਇੰਟਰਵਿਊ ਤੁਸੀਂ ਮੇਰੀ ਕਰ ਰਹੇ ਹੋ ਪਰ ਮੈਂ ਸਵਾਲ ਤੁਹਾਨੂੰ ਕਰਨਾ ਹੈ ਜੀ ਆ ਇਹ ਕਿਹੜਾ ਮਹੀਨਾ ਹੈ ਇਹ ਅਪ੍ਰੈਲ ਨਹੀਂ ਕੀ ਮਨਾ ਰਹੇ ਆਪਾਂ ਜੀ ਸਿੱਖ ਹੈਰੀਟੇਜ ਮਾਂ ਹਾਂਜੀ ਸੋ ਹੁਣ ਮੈਨੂੰ ਤੁਸੀਂ ਸਿੱਖ ਹੈਰੀਟੇਜ ਦਵੋਗੇ ਕਿ ਤੁਸੀਂ ਮੈਨੂੰ ਸਾਊਥ ਈਸਟ ਹੈਰੀਟੇਜ ਦਵੋਗੇ ਪਰ ਕਿ ਇੱਕ ਵਿਅਕਤੀ ਐਟ ਅ ਸੇਮ ਟਾਈਮ ਵੱਖ-ਵੱਖਰੇ ਗਰੁੱਪਸ ਦਾ ਮੈਂਬਰ ਨਹੀਂ ਹੋ ਸਕਦਾ ਨਹੀਂ ਨਹੀਂ ਉਹ ਤਾਂ ਹੋ ਸਕਦਾ ਹੈ ਕਈ ਲੋਕ ਡੁਅਲ ਸਿਟੀਜ਼ਨ ਨੇ ਜੀ ਉਹ ਅਮਰੀਕਨ ਵੀ ਹੈਗੇ ਤੇ ਕੈਨੇਡੀਅਨ ਵੀ ਹੈਗੇ ਜੀ ਉਹਨਾਂ ਤੇ ਕੋਈ ਦੌਰ ਨਹੀਂ ਹੈਗਾ ਆਪਾਂ ਕਹਿ ਨਹੀਂ ਸਕਦੇ ਨਹੀਂ ਤੂੰ ਇੱਕ ਛੱਡ ਹੂੰ ਇਦਾਂ ਹੀ ਆਪਣੇ ਕਈ ਬੰਦੇ ਮੰਨਦੇ ਨੇ ਕਿ ਉਹ ਹਿੰਦੁਸਤਾਨੀ ਵੀ ਨੇ ਤੇ ਕੈਨੇਡੀਅਨ ਵੀ ਨੇ ਜੀ ਪਰ ਜਿਹੜੀ ਖਿੱਤੇ ਵਿੱਚ ਤੁਸੀਂ ਦੇਖੋ ਉੱਥੇ ਕੀ ਭੰਗ ਭੁਜਦੀ ਪਈ ਆ ਕਿਦਾਂ ਜੁੱਤੀ ਪੈ ਰਹੀ ਇੱਕ ਦੂਜੇ ਦੇ ਹੂੰ ਤੁਸੀਂ ਇਹ ਤਾਂ ਤੁਹਾਨੂੰ ਪਤਾ ਹੈ ਨਾ ਹੂੰ ਔਰ ਤੁਸੀਂ ਜਿਹਨੇ ਪ੍ਰੈਸ ਕੀਤਾ ਜਿਹੜਾ ਪ੍ਰੈਸਡ ਆ ਤੁਸੀਂ ਉਹਨਾਂ ਨੂੰ ਇਕੱਠੇ ਕਿਉਂ ਕਰ ਰਹੇ ਹੋ ਹਮ ਸਵਾਲ ਇਹ ਆ ਹਮ ਔਰ ਫਿਰ ਮੈਂ ਆਪਾ ਮੇਰੇ ਖਰ ਮੈਨੂੰ ਰਿਪੀਟ ਕਰਨਾ ਪੈਣਾ ਜਿਹੜਾ ਪਹਿਲਾਂ ਵੀ ਕਈ ਵਾਰੀ ਕਿਹਾ ਹੋਇਆ ਕਿ ਜਿਹੜੀ ਰਿਸਪੈਕਟਡ ਜੂਇਸ਼ ਕਮਿਊਨਿਟੀ ਆ ਜੀ ਤੇ ਜਿਹੜੀ ਪੈਲੇਸਟੀਨিয়ান ਕਮਿਊਨਿਟੀ ਆ ਹਮ ਆਰ ਦੇ ਬੋਥ ਮਿਡਲ ਈਸਟਰਨਸ ਹਮ ਹਮ ਇਹ ਸਾਨੂੰ ਸਰਕਾਰ ਜਵਾਬ ਦੇਵੇ ਉਹ ਲਿਖ ਕੇ ਦੇ ਦੇਵੇ ਕਿ ਜਦੋਂ ਜੈਨੋਸਾਈਡ ਮੰਥ ਆਏਗਾ ਜਿਹੜੀ ਸਾਡੀ ਰਿਸਪੈਕਟਡ ਜੂਇਸ਼ ਕਮਿਊਨਿਟੀ ਆ ਉਹਨੂੰ ਉਹ ਮਿਡਲ ਈਸਟਰਨ ਦਾ ਡੇ ਕਹੋਗੇ ਮਿਡਲ ਈਸਟਰਨ ਜੈਨੋਸਾਈਡ ਨੂੰ ਇਦਾਂ ਉਹਨੂੰ ਟਰਮ ਕਰੂਗੇ ਉਹ ਕਰ ਸਕਦੇ ਨੇ ਉਹ ਸੋ ਜੇ ਇਹਦੇ ਵਿੱਚ ਮਿਊਜ਼ੀਅਮ ਦੇ ਵਿੱਚ ਇਹ ਹੁੰਦਾ ਕਿਉਂਕਿ ਮੈਨੂੰ ਯਾਦ ਆ ਪਿਛਲੀ ਕਨਵਰਸੇਸ਼ਨ ਚ ਤੁਸੀਂ ਕਿਹਾ ਸੀ ਵੀ ਕੋਈ ਨਾ ਕੋਈ ਸਾਂਝਾ ਵਰਡ ਕਿਉਂਕਿ ਉਸ ਖਿੱਤੇ ਦੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਨੇ ਜਿਹੜੇ ਸਿਰਫ ਕਿਸੇ ਇੱਕ ਲੈਂਗੁਏਜ ਤੱਕ ਮਹਦੂਦ ਨਹੀਂ ਹੈਗੇ ਉਹ ਹਿੰਦੀ ਦੇ ਪੰਜਾਬੀ ਬੰਗਾਲੀ ਦੇ ਵਿੱਚ ਅਰਬੀ ਦੇ ਵਿੱਚ ਉਰਦੂ ਦੇ ਵਿੱਚ ਪਸ਼ਤੋ ਦੇ ਵਿੱਚ ਬਹੁਤ ਸਾਰੇ ਕਾਮਨ ਵਰਡਸ ਨੇ ਜਿਹੜੇ ਕਿ ਇੱਥੇ ਇਸਤੇਮਾਲ ਕੀਤੇ ਜਾ ਸਕਦੇ ਨੇ ਹੁਣ ਇੱਕ ਤਾਂ ਇੱਕ ਤੇ ਪਹਿਲੂ ਇਹ ਸੀ ਕਿ ਨਾਮ ਕੋਈ ਅਜਿਹਾ ਹੋਵੇ ਜਿਹੜਾ ਕਿ ਇੱਕ ਸਾਂਝੀ ਭਾਸ਼ਾ ਦਾ ਪ੍ਰਤੀਕ ਹੋਵੇ ਜਿਹੜੀਆਂ ਸਾਰੀਆਂ ਉਸ ਖਿੱਤੇ ਦੀਆਂ ਭਾਸ਼ਾਵਾਂ ਦੀ ਜਿਹਦੇ ਵਿੱਚ ਚਲਕ ਹੋਵੇ ਜੀ 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 ਹੁਣ ਜੇ ਉਹ ਨਾਮ ਹੋਵੇ ਉਹ ਕੋਈ ਸ਼ਬਦ ਉੱਤੇ ਕੋਈ ਐਗਰੀਮੈਂਟ ਹੋ ਜਾਂਦਾ ਕੰਸਲਟੇਸ਼ਨ ਤੋਂ ਬਾਅਦ ਪਰ ਉਸ ਤੋਂ ਬਾਅਦ ਜੇ ਸਰਕਾਰ ਕਹਿ ਦਿੰਦੀ ਹੈ ਕਿ ਥਿਸ ਇਜ਼ ਅ ਅ ਮਿਊਜ਼ੀਅਮ ਡੈਡੀਕੇਟਿਡ ਟੂ ਦੀ ਪਰਸਨਸ ਆਫ ਸਾਊਥ ਏਸ਼ੀਅਨ ਹੈਰੀਟੇਜ ਯਾ ਕਿ ਤੱਕੀ ਉਹ ਮੰਜ਼ੂਰ ਹੈ ਕਿ ਉਹ ਵੀ ਨਾ ਮਨਜ਼ੂਰ ਹੈ ਦੇਖੋ ਸਾਡੀਆਂ ਨਾ ਸਰਕਾਰ ਨਾਲ ਤਕਰੀਬਨ 5 ਮੀਟਿੰਗ ਹੋ ਚੁੱਕੀਆਂ ਨੇ ਓਕੇ ਔਰ ਇਸੇ ਉਹਨਾਂ ਨੂੰ ਕਿਹਾ ਸੀਗਾ ਕਿ ਜੇ ਤੁਹਾਡੇ ਕਿਸੇ ਗੱਲ ਕਰਕੇ ਹੱਥ ਬੰਨੇ ਹੋਏ ਨੇ ਕਿਉਂਕਿ ਜਿੱਦਾਂ ਮੈਂ ਜ਼ਿਕਰ ਕੀਤਾ ਹੈ ਡਾਇਰੈਕਸ਼ਨ ਫੈਡਰਲ ਗਵਰਨਮੈਂਟ ਤੋਂ ਆਣੀ ਚਾਹੀਦੀ ਆ ਜੀ ਕਿ ਤੁਸੀਂ ਈਵਨ ਤੁਸੀਂ ਇਹਨੂੰ ਸਿੰਗੂਲਰ ਨਹੀਂ ਕਰ ਸਕਦੇ ਤੁਹਾਨੂੰ ਇਸ ਸ਼ਬਦ ਨੂੰ ਪਲੂਰਲ ਬਣਾਉਣਾ ਹੀ ਪੈਣਾ ਆ ਹੈਰੀਟੇਜਸ ਹੈਰੀਟੇਜਸ ਸੋ ਜੀਡੀਓ ਸਾਡੀ ਗੱਲਬਾਤ ਸੀਗੀ ਔਰ ਸਾਡੀ ਬੜੀ ਰਿਸਪੈਕਟਫੁਲ ਗੱਲ ਹੋਈ ਆ ਔਰ ਅਸੀਂ ਕਿਹਾ ਵੀ ਸਾਨੂੰ ਪਤਾ ਤੁਹਾਡੇ ਹੱਥ ਬੰਨੇ ਹੋਏ ਨੇ ਥੋੜੇ ਜਿਹਾ ਤੁਸੀਂ ਦਵੋ ਗਿਵ ਕਰੋ ਥੋੜਾ ਐਸੀ ਕਰਦੇ ਆ ਇਸੇ ਕਰਕੇ ਉਹਨਾਂ ਨੇ ਸਾਡੀ ਬੇਨਤੀ ਰਿਸਪੈਕਟ ਕੀਤੀ ਐਕਚੁਅਲੀ ਅਸੀਂ ਉਹਨਾਂ ਦੀ ਇਜਾਜ਼ਤ ਰਿਸਪੈਕਟ ਕੀਤੀ ਕਿਉਂਕਿ ਉਹ ਸਾਡੇ ਤੋਂ ਵੱਡੇ ਨੇ ਔਰ ਇਸੇ ਕਰਕੇ ਉਹਨਾਂ ਨੇ ਸ਼ਬਦ ਕੈਨੇਡੀਅਨ ਪਾਇਆ ਮੈਂ ਆਪਣੇ ਵੱਲੋਂ ਵੀ ਆਪਣੇ ਗਰੁੱਪ ਵੱਲੋਂ ਵੀ ਵੰਜਾਰਾ ਨੋਮੈਡ ਉਹ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਵੱਲੋਂ ਜਦੋਂ ਅਸੀਂ ਸਾਰਿਆਂ ਨੇ ਬੈਠ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਕੈਨੇਡੀਅਨ ਆ ਸਾਨੂੰ ਅਦਰ ਨਾ ਬਣਾਓ ਜੀ 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 ਸਾਡੀ ਬੇਨਤੀ ਆ ਇਹ ਹੁਣ ਜਦੋਂ ਤੁਸੀਂ ਬਾਰ ਬਾਰ ਸਾਨੂੰ ਸਾਊਥ ਈਸ਼ੀਅਨ ਕਹਿੰਦੇ ਹੋ ਸਾਡੇ ਤੇ ਆ ਕੀ ਲਿਖਿਆ ਹੋਇਆ 1 ਆਫ ਟੂ ਕ੍ਰੀਏਟ ਅ ਫਰਸਟ ਆਫ ਇਸ ਕਾਈਂਡ ਕਲਚਰ ਸਪੇਸ ਇੱਕ ਐਕਸਪੈਰੀਮੈਂਟ ਸਾਡੇ ਤੇ ਨਾ ਕਰੋ ਅਬ ਜਿਹੜਾ ਸਾਡੀ ਕੈਨੇਡੀਅਨ ਆਈਡੈਂਟੀ ਵਾਲਾ ਪਹਿਲੂ ਆ ਉਹ ਮੰਨਫੀ ਨਹੀਂ ਹੋਣਾ ਚਾਹੀਦਾ ਹੈ ਜੀ ਰਾਈਟ ਔਰ ਇਹ ਜਿਹੜਾ ਐਕਸਪੈਰੀਮੈਂਟ ਆ ਇਸ ਜਾਂ ਤਾਂ ਸਾਰੇ ਖੇਤਿਆਂ ਤੇ ਕਰ ਲੋ ਹੂੰ ਫਿਰ ਤਾਂ ਸਾਨੂੰ ਕੋਈ ਤਕਲੀਫ ਨਹੀਂ ਅੱਛਾ ਜਿਹੜੀ ਇਹਦੇ ਚ ਇੱਕ ਹੋਰ ਗੱਲ ਹੈ ਜੀ ਪਹਿਲਾਂ ਜਿਹੜੀ ਫੰਡਿੰਗ ਵੀ ਸਰਕਾਰ ਨੇ ਜਾਰੀ ਕਰਨੀ ਸੀ which is hundreds of thousands of dollars ਜੀ ਜੀ ਪਹਿਲਾਂ ਉਹ ਇੱਕੋ ਗਰੁੱਪ ਵੱਲ ਟਾਰਗੇਟਡ ਸੀਗੀ ਪਰ ਇੱਕ ਆਈ ਥਿੰਕ ਜੇ ਐਡਵੋਕੇਸੀ ਦਾ ਕੇ ਵੀ ਹੋਇਆ ਕਿਉਂ ਨਾ ਫੰਡਿੰਗ ਹੈ ਜਿਹੜੀ ਉਹ ਅਲੱਗ-ਅਲੱਗ ਗਰੁੱਪਸ ਜੇ ਡਾਈਵਰਸਿਟੀ ਵਾਲਾ ਮਿਊਜ਼ੀਅਮ ਬਣਾਉਣਾ ਹੈ ਜੀ ਜੀ ਤੇ ਉਹਦੇ ਵਿੱਚ ਵੌਇਸਿਸ ਦੀ ਵੀ ਡਾਈਵਰਸਿਟੀ ਚਾਹੀਦੀ ਹੈ ਬਿਲਕੁਲ ਬਿਲਕੁਲ ਸੋ ਆਈ ਥਿੰਕ ਹੁਣ ਇੱਕ ਕੱਲ ਦੀ ਅਨਾਉਂਸਮੈਂਟ ਨਾਲ ਉਹ ਵਾਲਾ ਜਿਹੜਾ ਇੱਕ ਪਹਿਲੂ ਆ ਉਹ ਵੀ ਸਰਵ ਹੋ ਜਾਣਾ ਜੀ 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 ਔਰ ਐਜ਼ ਅ ਸਿੱਖ ਐਜ਼ ਅ ਪੰਜਾਬੀ ਸਾਡਾ ਇਹ ਫਰਜ਼ ਬਣਦਾ ਹੈ ਜਦੋਂ ਸਰਕਾਰ ਉਹਨਾਂ ਅੱਠ ਮੁਲਕਾਂ ਦੇ ਜਿੱਧਰੋਂ ਵੀ ਘੁੰਮ ਘਮਾ ਕੇ ਲੋਕ ਆਏ ਹੋਏ ਨੇ ਚਾਹੇ 100 ਸਾਲ ਪਹਿਲਾਂ ਆਏ ਨੇ ਜਾਂ 50 ਸਾਲ ਉਹਨਾਂ ਨੂੰ ਦੇਣਾ ਚਾਹੁੰਦੀ ਹੈ ਸਾਡਾ ਇਹ ਫਰਜ਼ ਬਣਦਾ कि ਜਿਹੜੀ ਵਿਦਨ ਇਹ ਹਾਇਰ ਆਰਕੀ ਨੂੰ ਗਿਣੋ ਤੁਸੀਂ ਜੀ ਇਹ ਹਾਇਰ ਆਰਕੀ ਦੇ ਵਿੱਚ ਜਿਹੜੇ ਘੱਟ ਆਵਾਜ਼ਾਂ ਵਾਲੇ ਨੇ ਚਾਹੇ ਉਹ ਟ੍ਰੀਡੀਡ ਤੋਂ ਨੇ ਚਾਹੇ ਉਹ ਫਿਜੀ ਤੋਂ ਨੇ ਅਸੀਂ ਉਹਨਾਂ ਦਾ ਪੂਰਾ ਖਿਆਲ ਰੱਖਾਂਗੇ ਇਹ ਪੰਜਾਬੀ ਤੇ ਸਿੱਖ ਦਾ ਕਰਮ ਹੈ ਜੀ ਹੂੰ ਸੋ ਅਸੀਂ ਕਿਸੇ ਨੂੰ ਪਿੱਛੇ ਨਹੀਂ ਛੱਡਣਾ ਹੈਗਾ ਔਰ ਜੇ ਕੋਈ ਕਿਸੇ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰੇਗਾ ਅਸੀਂ ਆਵਾਜ਼ ਉਠਾਵਾਂਗੇ ਕਿਉਂਕਿ ਆ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਨਾ ਇਹ ਇੰਪੋਰਟੈਂਟ ਆ ਕਿਉਂਕਿ ਜਿਹੜਾ ਕੋਈ ਫਿਜੀ ਚ ਰਹਿੰਦਾ ਗੁਰਪੁਰਬ ਤਾਂ ਫਿਜੀ ਦੇ ਵਿੱਚ ਵੀ ਮਨਾਇਆ ਜਾਂਦਾ ਜੀ ਜੀ ਜਿਹੜੇ ਦੀਵਾਲੀ ਦਾ ਤਿਉਹਾਰ ਹੈ ਫਿਜੀ ਚ ਮਨਾਇਆ ਜਾਂਦਾ ਹੋਰ ਵੀ ਜਿਹੜੇ ਤੀਜ ਤਿਉਹਾਰ ਨੇ ਕਿਉਂਕਿ ਉਸ ਖਿੱਤੇ ਤੋਂ ਗਏ ਹੋਏ ਲੋਕ ਹੁਣ ਉਸ ਖਿੱਤੇ ਨਾਲ ਤਾਂ ਸਬੰਧਤ ਰਹੇ ਨਹੀਂ ਜੀ ਜੀ ਪਰ ਹੁਣ ਉਹ ਜੇ ਫਿਜੀ ਰਹਿੰਦੇ ਨੇ ਜਾਂ ਜੇ ਅਰੇਬੀਅਨ ਚ ਰਹਿੰਦੇ ਨੇ ਤਿਉਹਾਰ ਉਹੀ ਮਨਾਉਂਦੇ ਨੇ ਰੀਤੀ ਰਿਵਾਜ ਉਹੀ ਉਹਨਾਂ ਨੇ ਮੇਨਟੇਨ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਫਿਰ ਕਿਵੇਂ ਇਨਕਲੂਡ ਕੀਤਾ ਜਾਣਾ ਸੋ ਆਈ ਥਿੰਕ ਉਹ ਹੈਰੀਟੇਜਿਸ ਵਾਲੀ ਗੱਲ ਉੱਥੇ ਜਾ ਕੇ ਜੁੜਦੀ ਆ ਜੀ 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 ਉਹ ਏਸੇ ਕਰਕੇ ਮੈਂ ਕਿਹਾ ਕਿਉਂਕਿ ਸਰਕਾਰ ਨੇ ਜਿਹੜੀ ਸਾਡੀ ਗੱਲ ਸਮਝੀ ਐ ਉਹਨਾਂ ਨੇ ਮੈਂ ਆਪਣੀ ਪਰਸਨਲੀ ਗੱਲ ਕਰਦਾ ਉਹਨਾਂ ਨੇ ਮੈਨੂੰ ਕੈਨੇਡੀਅਨਸ ਅੱਧਿਆ ਹੁਣ ਸੋ ਘੱਟੋ ਘੱਟ ਮੈਂ ਤਾਂ ਕਰਕੇ ਉਹਨਾਂ ਦਾ ਅ ਅੱਧਾ ਕੁ ਸ਼ੁਕਰ ਕਰਦਾ ਹਣਾ ਬਈ ਚਲੋ ਅੱਧੀ ਕਿਤਾ ਗੱਲ ਸੁਣ ਲਈ ਹਣਾ ਹੁਣ ਇਦਾਂ ਤਾਂ ਹੋ ਨਹੀਂ ਸਕਦਾ ਬਈ ਕਿਉਂਕਿ ਉਹਨਾਂ ਦੇ ਹੱਥ ਬੰਨੇ ਹੋਏ ਨੇ ਇਹ ਡਾਇਰੈਕਸ਼ਨ ਫੈਡਰਲ ਗਵਰਨਮੈਂਟ ਤੋਂ ਆਣੀ ਚਾਹੀਦੀ ਆ ਸੋ ਸੈਂਸਸ ਡਿਪਾਰਟਮੈਂਟ ਚੋਂ ਆਣੀ ਚਾਹੀਦੀ ਆ ਕਿ ਉਹ ਉੱਥੇ ਕੀ ਲਿਖਦੇ ਨੇ ਹੂੰ ਰਾਜਪੰਡਾਲ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ ਆਈ ਥਿੰਕ ਜਿਉਂ ਜਿਉਂ ਹੁਣ ਕੰਸਲਟੇਸ਼ਨ ਅੱਗੇ ਵਧਦੀ ਆ ਉਸ ਤੋਂ ਮਗਰੋਂ ਫਿਰ ਪਹਿਲਾਂ ਇਹ ਵੀ ਦੇਖਣਾ ਹੋਏਗਾ ਵੀ ਮ ਇਹ ਸਰੀ ਦੇ ਵਿੱਚ ਹੋਏਗਾ ਇਹਦੇ ਬਾਰੇ ਇੱਕ ਮੈਂ ਛੋਟਾ ਜਿਹਾ ਕਮੈਂਟ ਕਰਨਾ ਚਾਹਨਾ ਮੈਂ ਸਾਡਾ ਗਰੁੱਪ ਅਸੀਂ ਪਹਿਲਾਂ ਇਹ ਸੋਚਦੇ ਹੁੰਦੇ ਸੀਗੇ ਕਿ ਕੋਲੋਨਾ ਤੋਂ ਲੈ ਕੇ ਵੈਨਕੂਵਰ ਦੇ ਵਿੱਚ ਐਵਸਫੋਰਡ ਬਣਨਾ ਚਾਹੀਦਾ ਹੂੰ ਕਿਉਂਕਿ ਉਹ ਸੈਂਟਰਲ ਹੈ ਉਥੇ 에어ਪੋਰਟ ਵੀ ਆ ਕੋਲੋਨਾ ਮਿਡਲ ਹੈ ਨਾ ਹੁਣ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਜੋ ਚੱਲ ਰਿਹਾ ਹੈ ਤੇ ਮੇਰਾ ਖਿਆਲ ਅਸੀਂ ਪੂਰਾ ਜ਼ੋਰ ਲਾਵਾਂਗੇ ਕਿ ਇਹ ਮਿਊਜ਼ੀਅਮ ਸਰੀ ਚ ਬਣਨਾ ਚਾਹੀਦਾ ਸਰੀ ਦੇ ਡਾਊਨਟਾਊਨ ਚ ਬਣਨਾ ਚਾਹੀਦਾ ਜੀ ਪੰਜਾਬੀ ਮਾਰਕੀਟ ਵੈਸੇ ਤਾਂ ਉਹਨੂੰ ਤੁਸੀਂ ਕਰੋ ਦੁਆਰਾ ਪੁਨਰ ਸੁਰਜੀਤ ਕਰੋ ਰੀਵੇਟਲਾਈਜ਼ ਕਰੋ ਪਰ ਜਿਹੜੀ ਪਲਸ ਹੈ ਆ ਬੀਸੀ ਦੀ ਉਹ ਸਰੀ ਚ ਆ ਉਹ ਜੀ ਚਾਹੇ ਤੁਸੀਂ VOTING ਦੇ ਨੰਬਰ ਤੋਂ ਦੇਖ ਲੋ ਚਾਹੇ ਸੀਟਾਂ ਦੇ ਨੰਬਰ ਤੋਂ ਦੇਖ ਰੋ ਇਲੈਕਸ਼ਨ ਆਰ ਕਮਿੰਗ ਹਮ ਮੈਂ ਹਲੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਉਹ ਸਰੀ ਚ ਬਣਨਾ ਚਾਹੀਦਾ ਬਸ ਬੇਨਤੀ ਹੈ ਮੈਂ ਬੇਨਤੀ ਜੀ ਇਹਨੂੰ ਟ੍ਰਾਂਸਲੇਟ ਕਰਨਾ ਚਾਹੁੰਦਾ ਵੀ ਬੇਨਤੀ ਹੈ ਇਹ ਜੀ ਜੀ ਰਾਜਪ੍ਰਣਾਲ ਜੀ ਤੁਹਾਡਾ ਬਹੁਤ ਸ਼ੁਕਰੀਆ ਥੈਂਕ ਯੂ ਜੀ